ਤੇ ਆਪਾਂ ਅਗਰ ਇਹ ਸੋਸ਼ਲ ਮੀਡੀਆ ਦੀ ਸਾਂਝ ਕਿਸਾਨੀ ਤਹਿਰੀਕ ਜਿਹੜੀ ਇੰਡੀਆ ਦੇ ਵਿੱਚ ਚੱਲੀ ਤੁਸੀਂ ਵੇਖਿਆ ਕਿ ਉਹਨਾਂ ਨੇ ਤਾਂ ਇਹ ਕੀਤਾ ਕਿ ਉੱਥੇ ਇਲੈਕਟ੍ਰੋਨਿਕ ਮੀਡੀਆ ਮੇਰੇ ਖਿਆਲ ਵਿੱਚ ਇੱਕ ਅੱਧਾ ਚੈਨਲ ਹੀ ਸੀ ਜਿਹੜਾ ਉਹਨੂੰ ਕਵਰ ਕਰ ਰਿਹਾ ਸੀ, ਉਹਨਾਂ ਨੇ ਬੈਨ ਕਰ ਛੱਡਿਆ ਸੀ। ਇਹ ਸੋਸ਼ਲ ਮੀਡੀਆ ਰਾਹੀਂ ਸਾਡੇ ਤੱਕ ਖਬਰਾਂ ਪਹੁੰਚਦੀਆਂ ਰਹੀਆਂ ਔਰ ਸਾਡੇ ਇੱਥੋਂ ਦੇ ਜਿਹੜੇ ਦੋਸਤ ਸਨ, ਇੱਥੋਂ ਦੇ ਪੰਜਾਬੀ ਸਨ, ਉਹਨਾਂ ਨੇ ਵੀ ਪੂਰਾ ਪੂਰਾ ਸਾਥ ਦਿੱਤਾ ਇੱਥੇ। ਬਲਕਿ ਤਰਾਨੇ ਕਿਸਾਨਾਂ ਦੇ ਬਣਾਏ, ਮੈਂ ਜਵਾਦ ਸਾਹਿਬ ਜਾਂ ਹੋਰ ਵੀ ਵੱਡੇ ਸਿੰਗਰ ਨੇ ਉਹਨਾਂ ਨੇ ਬਣਾਇਆ, ਟੀਲੂ ਸਾਹਿਬ ਜਾਂ ਤੁਸੀਂ ਬੈਠੇ ਏ ਵੀ ਚੱਠਾ ਸਾਹਿਬ ਜਾਂ ਅਹਿਮਦ ਦਾ ਵੱਟੂ ਸਾਹਿਬ ਬੈਠੇ ਨੇ, ਇਹ ਲੋਕ ਇੱਥੇ ਬਹਿ ਕੇ ਇਹਨਾਂ ਨੇ ਗੱਲਬਾਤ ਕੀਤੀ। ਸੋ ਇਹ ਸੋਸ਼ਲ ਮੀਡੀਆ ਦਾ ਹੀ ਇੱਕ ਸੀ, ਇੱਕ ਸਾਂਝ ਸੀ, ਇੱਕ ਜੁੜਤ ਸੀ। ਇਸ ਬਾਰੇ ਤੁਸੀਂ ਕੀ ਜਾਣਨ ਪਾਓਗੇ? ਬਸ ਜੀ, ਮੈਂ ਛੋਟੇ ਛੋਟੇ ਮਸਲੇ ਜਿਹੜੇ ਹਨ ਕਿਸਾਨ ਦੇ, ਉਹ ਲੱਭ ਲੱਭ ਕੇ ਪਹੁੰਚਾਉਣਾ ਆਵਾਮ ਤੱਕ, ਉੱਤੇ ਵੀ ਸ਼ਾਇਦ ਕਿਸੇ ਦੀ ਕੋਈ ਨਿਗਾਹ ਪੈ ਜਾਵੇ। ਹੁਣ ਤੁਸੀਂ ਮਾਂ ਬੋਲੀ ਵਾਸਤੇ ਬਣਾਈ ਨਾ ਸਾਰੀ ਬੈਠਕ, ਅਤੇ ਬੜਾ ਇੰਤਜ਼ਾਮ ਤੁਹਾਡਾ ਦੇਖ ਕੇ, ਜ਼ੌਕ ਸ਼ੌਕ ਦੇਖ ਕੇ ਬੜੀ ਰੂਹ ਰਾਜ਼ੀ ਹੋਈ। ਅਤੇ ਬਸ ਮੈਂ ਕਹਿੰਦਾ ਵੀ ਤੁਸੀਂ ਮਾਂ ਬੋਲੀ ਦੀ ਗੱਲ ਕਰ ਰਹੇ ਹਾਂ, ਮੈਂ ਮਾਂ ਬੋਲੀ ਦੇ ਪੁੱਤਰਾਂ ਦੀ ਗੱਲ ਕਰ ਰਿਹਾ। ਸਾਨੂੰ ਨਾ ਜੋਈਆ ਸਾਹਿਬ ਰੱਖਿਆ ਲਾ ਰਿਹਾ ਜੀ, ਅਤੇ ਉਹ ਤੋੜ ਪਛਾਣ ਪੜ੍ਹਦੀ ਨਹੀਂ ਪਈ, ਅੱਗਾਂ ਤੋਂ ਅੱਗਾਂ ਨਾ ਜੀ ਗੱਲ ਟੁਰੀ ਜਾਂਦੀ ਲਾਰੇ 'ਚ। ਸਾਨੂੰ ਇਹ ਹਿਸਾਬ ਆ ਵੀ ਉਹ ਬੰਦੇ ਨੇ ਨਾ ਕਿਸੇ ਤੋਂ ਪੈਸੇ ਲੈਣੇ ਸੀ, ਅਤੇ ਉਹ ਉਹਨੂੰ ਟੋਰੀ ਰੱਖਿਆ ਕਰੇ, ਖਾਸੇ ਚਿਰ ਬਾਅਦ ਉਹ ਗਿਆ, ਅਤੇ ਉਹ ਜਿਹਨੇ ਲੈਣੇ ਸੀ ਨਾ ਉਹ ਜਿਹਦੇ ਕੋਲ ਲੈਣੇ ਸੀ ਉਹ ਬੈਠਾ ਕੇ ਕਿੱਕਰਾਂ ਪੈ ਲਾਵੇ। ਉਹਨੂੰ ਕਹਿੰਦਾ ਯਾਰ ਉਹ ਪੈਸੇ, ਕਹਿੰਦਾ ਤੇਰੇ ਪੈਸਿਆਂ ਦਾ ਹੀ ਕਰ ਰਿਹਾ, ਕਿੱਕਰਾਂ ਲਾ ਰਿਹਾ ਵੀ ਇਹ ਵੱਡੀਆਂ ਹੋਣਗੀਆਂ, ਰੋਡ 'ਤੇ ਲਾਊਂਗਾ। ਆਖੇ ਟਰਾਲੀ ਰੂੰ ਵਾਲੀ ਲੰਘੂਗੀ ਤਾਂ ਰੂੰ ਅੜੂਗੀ, ਉਹ ਡਿੱਗੂਗੀ ਚੋਕ ਕੇ ਵੇਚ ਕੇ, ਅਤੇ ਫਿਰ ਤੇਰੇ ਪੈਸੇ ਲਾ ਦੇ। ਉਹ ਬੰਦੇ ਦਾ ਨਾ ਹਾਸਾ ਨਿਕਲ ਗਿਆ, ਕਹਿੰਦਾ ਹੁਣ ਹੱਸਣਾ ਹੀ ਹੈ ਵੀ ਤੇਰੀਆਂ ਵਸੂਲੀਆਂ ਜੋ ਹੋਈਆਂ। ਜਦੋਂ ਖਾਦ ਨਹੀਂ ਸੀ ਲੱਭਦੀ ਉਦੋਂ ਤੇ ਤੁਸੀਂ ਗੱਲ ਕੋਈ ਨੀ ਕਰਦੇ, ਜਦੋਂ ਕਣਕ ਲੈਣੀ ਸੀ ਆਉਂਦੇ ਵੀ ਜ਼ਿਮੀਦਾਰਾਂ ਕੋਲੋਂ ਕਣਕ ਜਿਹੜੀ ਇਕੱਠੀ ਕਰੋ, ਏਸੀ ਸਹਿਬਾਨ ਦਾ ਕੰਮ ਆ, ਉਹ ਸਾਡੇ ਕੋਲ ਸਰਕਲ ਦੇ ਦੋਸਤਾਂ ਦਾ ਏਸੀ ਸਹਿਬਾਨ ਦਾ, ਤੇ ਉਹ ਆਉਂਦੇ ਮੇਰੀ ਉਹਦਾ ਗੱਲ ਤੇ ਕਰਾ, ਤੇ ਉਹ ਜਾਂਦਾ ਨਾ ਖੁਸ਼ੀ ਗਮੀ ਦੇ ਡਾਲੇ ਦੇ ਮੈਂ, ਤੇ ਇਹਦਾ ਮਤਲਬ ਇਹ ਵੀ ਆਉਂਦੇ ਵੀ ਅਸੀਂ ਵੀਡੀਓਜ਼ ਆਪਣੇ ਸਰਕਲ 'ਚ ਸਰਕੂਲੇਟ ਕਰਦੇ ਵੀ ਆ, ਵੇਖੋ ਆਹ ਮਸਾਇਲ ਨੇ ਇਹਨਾਂ 'ਤੇ ਕਿਵੇਂ ਇਹਨਾਂ ਦਾ ਹੱਲ ਹੋ ਸਕਦਾ, ਅਤੇ ਇਹ ਬੇਸ਼ੱਕ ਉਹਨੂੰ ਅਸੀਂ ਫਨੀ ਮੂਡ ਨਾਲ ਲੈ ਲਈਏ, ਲੇਕਿਨ ਵੀ ਗੱਲ ਕਿਤੇ ਨਾ ਕਿਤੇ ਪਹੁੰਚਦੀ ਹੈ ਜਿੱਥੋਂ ਤੱਕ ਪਹੁੰਚਾਉਣੀ ਹੋਵੇ, ਤਾਂ ਸੋਸ਼ਲ ਮੀਡੀਆ ਦੀ ਪਾਵਰ ਏਡੀ ਵੱਡੀ ਹੈ। ਬਹੁਤ ਸੋਹਣੀ ਗੱਲ ਕੀਤੀ ਜੀ। ਅੰਜਮ ਗਿੱਲ ਸਾਹਿਬ, ਪੰਜਾਬੀ ਲਿਪੀ ਰਸਮ ਖਤ ਦੇ ਹਵਾਲੇ ਨਾਲ ਤੁਹਾਡਾ ਹੁਣ ਰੀਸੈਂਟਲੀ ਤੁਸੀਂ ਰਾਣਾ ਰਬੀਰ ਸਾਹਿਬ ਦੀ ਕਿਤਾਬ ਨੂੰ ਸ਼ਾਹਮੁਖੀ ਛਾਪਿਆ, ਕੀ ਸਮਝਦੇ ਹੋ ਸੋਸ਼ਲ ਮੀਡੀਆ ਨੇ ਇਹ ਪਰੇਸ਼ਾਨੀ ਵੀ ਖਤਮ ਨਹੀਂ ਕਰ ਦਿੱਤੀ, ਇਹ ਰਸਮ ਖਤ ਵਾਲੀ ਹੁਣ ਕੋਈ ਮਾਮਲਾ ਨਹੀਂ ਰਹਿ ਗਿਆ, ਇਸ 'ਤੇ ਕੀ ਤੁਸੀਂ ਕਹਿਣਾ ਚਾਹੁੰਦੇ ਹੋ? ਅਸਲਾਮ ਵਾਲੇਕੁਮ ਜੀ ਸਾਰਿਆਂ ਨੂੰ। ਸੋ ਬਿਲਕੁਲ ਜੁਲੀਆ ਸਾਹਿਬ, ਇਹ ਚੀਜ਼ ਜਿਹੜੀ ਹੈ ਸੋਸ਼ਲ ਮੀਡੀਆ ਨੇ ਬਹੁਤ ਨੇੜੇ ਕਰ ਦਿੱਤੀ। ਰਾਣਾ ਸਾਹਿਬ ਦਾ ਰਾਬਤਾ ਜਿਹੜਾ ਮੇਰਾ ਹੋਇਆ ਇਸ ਤਰ੍ਹਾਂ ਹੀ ਫੇਸਬੁੱਕ 'ਤੇ ਹੋਇਆ, ਤਾਂ ਉਸ ਤੋਂ ਬਾਅਦ ਗੱਲਬਾਤ ਉਹਨਾਂ ਨਾਲ ਚੱਲੀ, ਅਤੇ ਮੈਨੂੰ ਪੁੱਛਿਆ ਉਹਨਾਂ ਨੇ ਜਿਹੜੇ ਗੁਰਮੁਖੀ ਜਾਣਦੇ ਹੋ, ਅਤੇ ਮੈਂ ਗੁਰਮੁਖੀ ਜਿਹੜਾ ਕੋਈ 2 ਸਾਲ ਪਹਿਲੇ ਸਿੱਖ ਚੁੱਕਿਆ ਸੀ, ਉਹਨਾਂ ਨਾਲ ਗੱਲਬਾਤ ਹੋਈ, ਮੈਂ ਕਿਹਾ ਚਲੋ ਅਸੀਂ ਕਿਤਾਬ ਨੂੰ ਜਿਹੜਾ ਉਹ ਸ਼ਾਹਮੁਖੀ ਕਰ ਲਏ, ਉਹਨਾਂ ਕਿਹਾ ਜ਼ਰੂਰ ਤੁਸੀਂ ਕਰੋ, ਅਤੇ ਅਸੀਂ ਉਹ ਕੀਤੀ ਹੈ। ਔਰ ਅਗਰ ਮੈਂ ਗੱਲ ਕਰ ਰਿਹਾ, ਅਗਰ ਮੈਂ ਉਹ ਪੰਜਾਬੀ ਸਿੱਖੀ ਹੈ ਜਿਹੜੀ ਉੱਧਰ ਵਾਲੀ ਹੈ ਗੁਰਮੁਖੀ ਪੰਜਾਬੀ, ਸੋ ਮੈਂ ਇਸ ਤੋਂ ਹੀ ਸਿੱਖੀ ਹੈ ਕਿ ਮੈਂ ਪੋਸਟਾਂ ਜਿਹੜੀਆਂ ਉਹ ਫੇਸਬੁੱਕ 'ਤੇ ਜਾਂ ਕਿਧਰੇ ਹੋਰ ਕੋਈ ਖਬਰਾਂ ਮਿਲਦੀਆਂ ਸਨ ਉੱਥੇ ਪੜ੍ਹਦਾ ਸੀ, ਮੇਰਾ ਦਿਲ ਕੀਤਾ ਕਿ ਅਸੀਂ ਕਿਉਂ ਨਾ ਇਹਨੂੰ ਸਿੱਖੀਏ ਸੀ। ਉਹ ਮੁਸ਼ਕਲ ਨਹੀਂ ਸੀ, ਉਹ 8-10 ਦਿਨ ਦੇ ਵਿੱਚ ਉਹਨੂੰ ਮੈਂ ਸਿੱਖ ਲਿਆ, ਪੜ੍ਹਨ ਲੱਗ ਪਿਆ ਸੀ। ਸੋ ਅਗਰ ਜਿਹੜੇ ਉੱਧਰ ਦੇ ਲੋਕ ਨੇ ਜਾਂ ਇੱਧਰ ਜਿਹੜੇ ਲੋਕ ਬੈਠੇ ਨੇ, ਸੋ ਅਗਰ ਸੋਸ਼ਲ ਮੀਡੀਆ 'ਤੇ ਪੋਸਟਾਂ ਪੜ੍ਹਦੇ ਨੇ ਉਹਨਾਂ ਨੂੰ ਦੇਖਦੇ ਨੇ, ਉਹਨਾਂ ਦੇ ਵਿੱਚ ਉੱਧਰ ਵਾਲੇ ਲੋਕਾਂ ਦੇ ਵਿੱਚ ਵੀ ਹੈ ਕਿ ਉਹ ਵੀ ਕਹਿੰਦੇ ਨੇ ਕਿ ਅਸੀਂ ਜਿਹੜੀ ਇੱਧਰ ਵਾਲੀ ਪੰਜਾਬੀ ਉਹ ਸਿੱਖੀ। ਸੋ ਦੋ ਸਾਈਡਾਂ ਦੇ ਲੋਕਾਂ ਨੂੰ ਜਿਹੜਾ ਜ਼ਬਾਨ ਜਿਹੜੀ ਹੈ ਸਿੱਖਣੀ ਚਾਹੀਦੀ, ਔਰ ਤੁਸੀਂ ਇਹਨੂੰ ਔਨਲਾਈਨ ਕਲਾਸਾਂ ਵੀ ਸੋਸ਼ਲ ਮੀਡੀਆ ਤੋਂ ਲੈ ਸਕਦੇ। ਅਤੇ ਮੈਂ ਦੂਸਰੀ ਗੱਲ ਕਰਾਂਗਾ ਸੋਸ਼ਲ ਮੀਡੀਆ ਦੇ ਹਵਾਲੇ ਨਾਲ, ਕਿ ਅੱਜ ਜਿਹੜਾ ਪੰਜਾਬੀ ਪ੍ਰਚਾਰ ਐਡੀ ਵੱਡੀ ਕਾਨਫਰੰਸ ਜਿਹੜੀ ਉਹ ਸਜਾ ਕੇ ਬੈਠੀ ਹੈ, ਇਹ ਵੀ ਸੋਸ਼ਲ ਮੀਡੀਆ ਦਾ ਹੀ ਵੱਡਾ ਕਿਰਦਾਰ ਹੈ। ਅਸ਼ੋਕ ਸਾਹਿਬ ਬੈਠੇ ਨੇ,
ਗਲਾਲ ਬੈਠਾ ਹੈ, ਸਾਰੇ ਸਾਡੇ ਨਾਲ ਇਸ ਤਰ੍ਹਾਂ ਹੀ ਜਿਹੜੇ ਜੁੜੇ ਨੇ। ਸੋ ਸਾਰੇ ਜਿਹੜੇ ਦੋਸਤ ਅਮੈਰੀਕਾ, ਕੈਨੇਡਾ, ਆਸਟ੍ਰੇਲੀਆ ਤੋਂ ਇੱਥੇ ਆਏ ਨੇ। ਸੋ ਵੱਡਾ ਕਿਰਦਾਰ ਜਿਹੜਾ ਉਹ ਸੋਸ਼ਲ ਮੀਡੀਆ ਦਾ, ਔਰ 3 ਦਿਨਾਂ ਜਿਹੜੀ ਪੰਜਾਬੀ ਕਾਨਫਰੰਸ ਹੈ ਇਸੇ ਵਜ੍ਹਾ ਤੋਂ ਜਿਹੜੀ ਉਹ ਸੱਚੀ। ਬਿਲਕੁਲ ਬਿਲਕੁਲ, ਬਹੁਤ ਸੋਹਣੀ ਗੱਲ ਹੈ। ਬਲਕਿ ਸਾਬਰ ਸਾਹਿਬ ਇਹ ਤਾਂ ਤਾਰਫ ਬਣ ਗਿਆ ਨਾ, ਬੰਦੇ ਦੱਸਦੇ ਨੇ ਕਿ ਜੀ ਮੈਂ ਤੁਹਾਡਾ ਫੇਸਬੁੱਕ ਫਰੈਂਡ ਹਾਂ। ਹਾਂ, ਇੰਜ ਨਹੀਂ ਕਹਿੰਦੇ ਕਿ ਹਾਂ। ਅਤੇ ਹੁਣ ਅਸੀਂ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕਰਦੇ ਹਾਂ, ਟਾਈਮ ਥੋੜ੍ਹਾ ਜੀ। ਮੈਂ ਉਸ ਨੂੰ ਇਸ ਲਈ ਆਇਆ। ਅੱਛਾ ਜੀ, ਮੇਰਾ ਸਵਾਲ ਤਾਂ ਨਹੀਂ ਹੈ, ਬਨੈ ਤੌਰ 'ਤੇ ਕਮੈਂਟ ਹੈ। ਹਾਂਜੀ, ਇੱਕ ਤਾਂ ਮੈਂ ਵੈਸੇ ਬੋਲ ਲੈਂਦਾ, ਆਵਾਜ਼ ਆ ਰਹੀ। ਹੈਲੋ ਹੈਲੋ, ਹਾਂਜੀ, ਸਭ ਤੋਂ ਪਹਿਲੇ ਤਾਂ ਜੀ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ। ਤੁਸੀਂ ਨਾ ਅੰਦਰ ਦਬਿਆ, ਅਗਰ ਮੈਂ ਕਿਸੇ ਨੂੰ ਫਾਲੋ ਕਰਦਾ ਹਾਂ ਨਾ, ਜਾਂ ਮੈਨੂੰ ਖੁਸ਼ੀ ਹੁੰਦੀ ਹੈ, ਅਤੇ ਉਹਦੇ ਤੁਸੀਂ ਚਾਰੋਂ ਲੋਕ ਵੀ ਬੈਠੇ ਹੋ, ਤੁਹਾਡੇ ਚਾਰਾਂ ਤੋਂ ਬਾਅਦ ਵੀ ਕੁਛ ਹੋਰ ਲੋਕ ਆਉਣਗੇ, ਖੁਸ਼ੀ ਇਸ ਗੱਲ ਦੀ ਹੁੰਦੀ ਹੈ ਕਿ ਤੁਹਾਨੂੰ ਸੁਰਤ ਜਿਹੜੀ ਹੈ ਉਹ ਬੜੀ ਛੇਤੀ ਆਈ ਹੈ। ਸਾਡੇ ਤਾਂ ਇੱਥੇ ਬੁੱਢੇ ਹੋ ਜਾਂਦੇ ਨੇ, ਅਤੇ ਉਹਨਾਂ ਨੂੰ ਸਾਡੇ ਪੰਜਾਬ ਦੇ ਮਸਲਿਆਂ ਦਾ ਪਤਾ ਨਹੀਂ ਚੱਲਦਾ। ਬਾਕੀ ਜਿਹੜੀ ਨਾਸਰ ਸਾਹਿਬ ਨੇ ਤਨਕੀਦ ਦੀ ਗੱਲ ਕੀਤੀ, ਜਦੋਂ ਤੁਸੀਂ ਕੋਈ ਵੱਡਾ ਕੰਮ ਕਰੋਗੇ ਨਾ, ਤਨਕੀਦ ਲਾਜ਼ਮੀ ਹੁੰਦੀ ਹੈ। ਜਦੋਂ ਤੁਹਾਡੇ 'ਤੇ ਤਨਕੀਦ ਨਾ ਹੋ ਰਹੀ ਹੋਵੇ ਤਾਂ ਤੁਸੀਂ ਆਪਣੇ ਆਪ ਨੂੰ ਨਾ ਮਰਿਆ ਹੋਇਆ ਖਿਆਲ ਕਰੋ, ਕਿਉਂਕਿ ਤਾਰੀਫਾਂ ਸਿਰਫ ਇੱਥੇ ਸਮਾਜ ਮਰਿਆ ਹੋਇਆ ਦੀ ਕਰਦਾ ਹੈ। ਸੋ ਇਸ ਚੀਜ਼ ਤੋਂ ਨਾ ਤੁਸੀਂ ਬੇਫਿਕਰ ਹੋ ਸਕਦੇ। ਦੂਸਰੀ ਇੱਕ ਜਿਹੜੀ ਮੇਰੀ ਅਰਜ਼ੋਈ ਹੈ, ਅਰਜ਼ ਹੈ ਮੇਰੀ ਤੁਹਾਡੇ ਸਾਰਿਆਂ ਦੇ ਅੱਗੇ, ਤੁਸੀਂ ਸਾਰੇ ਛੋਟੇ ਵੀਰ ਹੋ, ਉਹ ਇਹ ਹੈ, ਬੜੇ ਮਾਣ ਵਾਲੇ ਮੈਂ ਕਹਿੰਦਾ, ਦਾਅਵਾ ਵੀ ਹੈ ਤੁਹਾਡੇ 'ਤੇ ਕਿ ਪੰਜਾਬੀ ਬੋਲੀ ਸਿਰਫ ਪੰਜਾਬੀ ਬੋਲੀ ਨਹੀਂ ਹੈ, ਜਿਹਨੂੰ ਅਸੀਂ ਸਿਰਫ ਬੋਲੀ ਕਹਿ ਕੇ ਅੱਗੇ ਤੁਰ ਜਾਂਦੇ ਹਾਂ। ਇਹ ਪੰਜਾਬੀ ਬੋਲੀ ਪੂਰਾ ਕਿਸੇ ਵੀ ਕੌਮ ਦਾ ਪੈਕੇਜ ਹੈ, ਇਹ ਪੰਜਾਬੀਆਂ ਦਾ ਪੈਕੇਜ ਹੈ, ਹਜ਼ਾਰਾਂ ਸਾਲਾਂ ਦੀ ਤਾਰੀਖ ਇਸ ਦੇ ਅੰਦਰ ਹੈ। ਉਹ ਪੰਜਾਬੀ ਅਖਾਣ ਜਿਹਦੇ ਅੰਦਰ ਹਿਕਮਤ, ਜਿਵੇਂ ਕਿ ਅੰਜਮ ਸਰੋਇਆ ਸਾਹਿਬ ਬਿਆਨ ਕਰਦੇ ਨੇ, ਉਹ ਵਾਕਿਆ ਬਿਆਨ ਕਰਦੇ ਨੇ, ਉਹਨੂੰ ਅੰਗਰੇਜ਼ੀ ਦੇ ਵਿੱਚ, ਉਰਦੂ ਦੇ ਵਿੱਚ ਟਰਾਂਸਲੇਟ ਕਰਕੇ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਨਹੀਂ ਦੇ ਸਕਦੇ। ਸੋ ਇਸ ਜ਼ਬਾਨ ਨੂੰ ਸਿਰਫ ਬੋਲਣ ਦੀ ਲੋੜ ਨਹੀਂ ਹੈ, ਇਸ ਜ਼ਬਾਨ ਨੂੰ ਇਹਦਾ ਹੱਕ ਦਿਵਾਉਣ ਦੀ ਲੋੜ ਹੈ। ਔਰ ਜਿਹੜੀ ਇੱਥੇ ਸਾਡੀ ਕੋਸ਼ਿਸ਼ ਹੈ ਕਿ ਸਕੂਲਾਂ ਦੇ ਵਿੱਚ ਲਾਜ਼ਮੀ ਪੜ੍ਹਾਈ ਜਾਵੇ, ਜਿਹੜੀ ਜ਼ਬਾਨ ਬੱਚਾ ਪੜ੍ਹਦਾ ਹੈ ਸਕੂਲ ਦੇ ਅੰਦਰ ਉਹਦਾ ਇਹਤਰਾਮ ਕਰਦਾ ਹੈ। ਉਰਦੂ ਦਾ ਇਹਤਰਾਮ ਕਿਉਂ ਹੈ ਸਾਡੇ ਸਾਰਿਆਂ ਦੇ ਅੰਦਰ, ਕਿ ਮੀਡੀਆ ਉਰਦੂ ਹੈ ਔਰ ਸਕੂਲਾਂ ਦੇ ਅੰਦਰ ਉਹ ਉਰਦੂ ਦੇ ਅੰਦਰ ਸਾਰਾ ਕੁਛ ਪੜ੍ਹਾਇਆ ਜਾਂਦਾ ਹੈ। ਇੰਝ ਹੀ ਅੰਗਰੇਜ਼ੀ ਦਾ ਹੈ, ਅੰਗਰੇਜ਼ੀ ਦੀ ਵੱਡੀ ਲੋੜ ਹੈ, ਲੇਕਿਨ ਉਹਦਾ ਇਹਤਰਾਮ ਇਸ ਕਰਕੇ ਵੀ ਹੈ ਕਿ ਡੰਡੇ ਮਾਰ ਕੇ ਸਾਨੂੰ ਪੜ੍ਹਾਈ ਜਾਂਦੀ ਹੈ। ਅਤੇ ਇੱਕ ਜਿਹੜਾ ਅਸੀਂ ਇੱਕ ਮਿਸ਼ਨ ਬਣਾ ਲਵੀਏ, 1 ਸਾਲ ਦੀ ਦੇਰ ਹੈ ਅਗਰ ਅਸੀਂ ਇਸ 'ਤੇ ਲਾ ਲਵੀਏ ਸਾਰੇ ਮਿਲ ਕੇ, ਔਰ ਅਸੀਂ ਇੱਕ ਦੂਜੇ ਦੇ ਵੈਸੇ ਵੀ ਨੇੜੇ ਹਾਂ, ਕਿ ਪੰਜਾਬੀ ਬੋਲੀ ਨੂੰ ਪੜ੍ਹਾਈ ਲਿਖਾਈ ਦਾ ਹਿੱਸਾ ਬਣਾਇਆ ਜਾਵੇ। ਦੁਨੀਆ ਦੇ ਹਰ ਨਿਸਾਬਾਂ ਦੇ ਅੰਦਰ ਇਹ ਹੁੰਦਾ ਹੈ ਕਿ ਉਹਨਾਂ ਨੂੰ ਉਹ ਸਟੇਟ ਜਿਹੜੀ ਹੈ ਉਸ ਲੈਂਗੁਏਜ ਦੇ ਅੰਦਰ ਪੜ੍ਹਾਉਂਦੀ ਹੈ। ਅਤੇ ਅਸੀਂ ਚਲੋ ਮਾੜੇ ਪੰਜਾਬੀ ਹੈ, ਸਾਡੇ ਨਾਲ ਜਿਹੜੀਆਂ ਖੇਡਾਂ ਹੋਈਆਂ ਨੂੰ ਲੰਬੀਆਂ ਹਨ, ਇੰਨਾ ਕੁ ਕਰ ਲਵੀਏ ਕਿ ਅਸੀਂ ਉਸਨੂੰ ਇੱਕ ਸਬਜੈਕਟ ਦੇ ਤੌਰ 'ਤੇ ਅਸੀਂ ਪੜ੍ਹਾ ਲਵੀਏ, ਤਾਂ ਜੇ ਸਾਡੇ ਬੱਚਿਆਂ ਨੂੰ ਪੰਜਾਬੀ ਦੇ ਬਾਰੇ ਪਤਾ ਚੱਲਦਾ ਰਹੇ। ਅਤੇ ਮੈਂ ਬਸ ਕਮੈਂਟ ਕਰਨਾ ਸੀ, ਸਵਾਲ ਮੇਰਾ ਨਹੀਂ ਹੈ। ਇੱਕ ਚੀਜ਼ ਹੋ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਸਾਡੇ ਬਹੁਤ ਸਾਰੇ ਦੋਸਤਾਂ ਦੀ ਤਨਕੀਦ ਹੁੰਦੀ ਹੈ ਕਿ ਸ਼ਾਇਦ ਮਾਝੇ ਵਾਲੀਆਂ ਦੇ ਚੀਜ਼ਾਂ ਵੱਧ ਰਹੀਆਂ, ਅਤੇ ਮੈਂ ਕਹਾਂਗਾ ਕਿ ਮੈਂ ਜਟਕੇ ਲਹਿਜੇ ਦੇ ਵਿੱਚ ਗੱਲ ਕਰ ਰਿਹਾ ਤੁਹਾਡੇ ਨਾਲ, ਮੈਂ ਜਟਕੇ ਲਹਿਜੇ ਫਖਰ ਦੇ ਨਾਲ ਮੈਂ ਬੋਲਦਾ, ਠੀਕ ਹੈ, ਮੈਂ ਪੇਂਡੂ ਹਾਂ, ਮੈਂ ਪੇਂਡੂ ਨੂੰ ਮੇਰੇ ਹੋਣ 'ਤੇ ਫਖਰ ਹੈ। ਸੋ ਕੁਛ ਲੋਕਾਂ ਦੀ ਤਨਕੀਦ ਹੁੰਦੀ ਹੈ ਕਿ ਤੁਸੀਂ ਦੂਸਰੇ ਲਹਿਜੇ ਵਾਲੇ ਲੋਕਾਂ ਨੂੰ, ਉਹਨਾਂ ਨੂੰ ਤੁਸੀਂ ਜਗ੍ਹਾ ਨਹੀਂ ਦਿੰਦੇ ਹੋ, ਉਹਨਾਂ 'ਤੇ ਵੀਡੀਓਜ਼ ਨਹੀਂ ਬਣਾਉਂਦੇ ਹੋ, ਅਤੇ ਥੋੜ੍ਹਾ ਥੋੜ੍ਹਾ ਇਹਦੇ 'ਤੇ ਵੀ ਗੱਲਬਾਤ ਤੁਸੀਂ, ਕੋਈ ਵੀ ਬੰਦਾ ਕਮੈਂਟ ਕਰ ਦੇਵੇ ਕਿ ਇਹ ਗੱਲ ਠੀਕ ਹੈ ਜਾਂ ਗਲਤ ਹੈ। ਔਰ ਦੂਸਰਾ ਇਹ ਹੈ ਕਿ ਸਾਨੂੰ ਫਿਰ ਪੂਰੇ ਪੰਜਾਬ ਦੀ ਜਿਹੜੀ ਵਾਦਤ ਹੈ ਉਸ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ। ਮੈਂ ਮਾਫ਼ੀ ਚਾਹੁੰਦਾ, ਸਵਾਲ ਮੇਰਾ ਲੰਬਾ ਹੋ ਗਿਆ। ਕੁਛ ਲੋਕ ਆਪਣੇ ਆਪਣੇ ਕਿੱਤੇ ਦੇ ਹਿਸਾਬ ਨਾਲ ਆਪਣੇ ਆਪਣੇ ਹਿਸਾਬ ਨਾਲ ਕੰਮ ਕਰਦੇ। ਮੈਂ ਉਸ ਹਵਾਲੇ ਦੇ ਨਾਲ ਗੱਲ ਕਰਦਾ ਵੀ ਜਿਸ ਤਰ੍ਹਾਂ ਅਸੀਂ ਇੱਥੇ 10-20-50 ਲੋਕ ਬੈਠੇ ਹਾਂ, ਇਹਦੇ ਵਿੱਚ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਵੀ ਸਕੂਲਾਂ ਦੇ ਵਿੱਚ ਬੋਲੀ ਲਾਗੂ ਕੀਤੀ ਜਾਵੇ, ਬੜੇ ਅਰਸੇ ਤੋਂ ਪੰਜਾਬੀ ਪ੍ਰਚਾਰ ਸਾਰੇ ਇੱਥੇ ਕੋਸ਼ਿਸ਼ਾਂ ਕਰਦੇ ਨੇ, ਵੱਡੇ ਸਾਡੇ ਬੈਠੇ ਨੇ ਵੀ ਲੱਗੇ। ਹੁਣ ਜਿਸ ਤਰ੍ਹਾਂ ਸੋਸ਼ਲ ਮੀਡੀਆ ਦਾ ਦੌਰ ਹੈ, ਜਿੰਨੀ ਦੇਰ ਤੱਕ ਇਹਦੇ 'ਤੇ ਅਮਲ ਪੈਰਾ ਨਹੀਂ ਹੁੰਦਾ ਨਹੀਂ ਕੁਛ ਹੋ ਸਕਦਾ। ਕਿ ਐਸਾ ਨਹੀਂ ਹੋ ਸਕਦਾ ਵੀ ਸਾਡੇ ਉਹ ਨੌਜਵਾਨ ਜਿੰਨੇ ਆ ਬੈਠੇ ਨੇ, ਉਹਦੇ ਵਿੱਚ ਮੈਂ ਵੀ ਹਾਂ ਸ਼ਾਮਿਲ ਹੈ, ਵੀ ਆਪਾਂ ਕੋਈ ਪਿੰਡ ਦੇ ਛੁੱਟੀ ਵਾਲੇ ਦਿਨ ਜਿੱਦਾਂ ਨਿਆਣਿਆਂ ਨੂੰ ਬਾਲਾਂ ਨੂੰ ਛੁੱਟੀ ਹੋਵੇ, ਪਿੰਡ ਦੇ ਵਿੱਚ ਐਸੀ ਸੱਥ ਬਣਾ ਲਈ ਜਿੱਥੇ ਔਨਲਾਈਨ ਕਲਾਸ ਕਰੋ, ਸਿੱਖਣਾ ਚਾਹੁੰਦੇ ਨੇ, ਪੜ੍ਹਨਾ ਚਾਹੁੰਦੇ ਨੇ, ਅਸੀਂ ਕਿਉਂ ਨੀ ਪੜ੍ਹਾ ਸਕਦੇ। ਅੰਜਮ ਗੱਲ ਕਰਦਾ ਸੀ ਵੀ ਗੁਰਮੁਖੀ ਤੇ ਸ਼ਾਹਮੁਖੀ ਦੀ, ਗੁਰਮੁਖੀ ਸ਼ਾਹਮੁਖੀ ਦਾ ਸਾਡੇ ਤੋਂ ਵੀ ਆਉਂਦਾ ਵੀ ਜਦੋਂ ਅਸੀਂ, ਕਿਉਂਕਿ ਵੇਖਣ ਵਾਲੀ ਆਡੀਅੰਸ ਉਧਰੋਂ ਵੀ ਹੈ, ਅਸੀਂ ਗੁਰਮੁਖੀ ਲਿਖਦੇ ਨੇ ਤੇ ਸਾਨੂੰ ਕਮੈਂਟ ਆ ਜਾਂਦਾ ਵੀ ਸਿੱਖ ਹੋ ਗਏ ਜਾਂ ਹਿੰਦੂ ਹੋ ਗਏ। ਅਸਲ ਦੇ ਵਿੱਚ ਗੱਲ ਇਹ ਵੀ ਇਹ ਜਿਹੜੀ ਲੈਂਗੁਏਜ ਆ ਸਾਡੀ ਬੋਲੀ ਆ, ਇਹ ਤੇ ਸਾਡੇ ਹੈ ਹੀ ਨਹੀਂ, ਮਜ਼ਹਬ ਨਾਲ ਜੁੜੀ ਨਹੀਂ। ਜੇ ਮਜ਼ਹਬ ਨਾਲ ਜੁੜੀ ਹੁੰਦੀ ਫਿਰ ਸਾਡੀ ਬੋਲੀ ਅਰਬੀ ਹੁੰਦੀ,
ਜੀ ਜੀ ਇਹ ਤਾਂ ਸਾਡੇ ਜਿੱਥੇ ਅਸੀਂ ਰਹਿੰਦੇ ਹਾਂ ਉੱਥੋਂ ਦੀਆਂ ਬੋਲੀਆਂ ਮੈਂ ਫਿਰਦਾ ਰਹਿੰਦਾ ਗਲਫ ਦੇ ਵਿੱਚ ਉੱਥੇ ਜਿੱਡੀ ਵੱਡੀ ਮਰਜ਼ੀ ਕੋਈ ਮਲਟੀਨੈਸ਼ਨਲ ਕੰਪਨੀਆਂ ਕੋਈ ਵੀ ਉਹਨਾਂ ਨੇ ਪਹਿਲਾਂ ਉੱਥੇ ਅਰਬੀ ਲਿਖੀ ਫਿਰ ਉਹਨਾਂ ਥੱਲੇ ਇੰਗਲਿਸ਼ ਲਿਖੀ ਮਤਲਬ ਵੀ ਉਹ ਉੱਥੇ ਜਾ ਕੇ ਜੇ ਸਰਵਾਈਵ ਕਰ ਸਕਦੇ ਜੇ ਕੋਈ ਇੱਥੇ ਆਉਣਾ ਚਾਹੁੰਦਾ ਉਹ ਤਾਂ ਪੰਜਾਬੀ ਜੀ ਸ਼ਾਹਮੁਖੀ ਗੁਰਮੁਖੀ ਜੀ ਕਿਉਂ ਨਹੀਂ ਸਰਵਾਈਵ ਕਰ ਸਕਦਾ ਬਹੁਤ ਅੱਛਾ ਬਹੁਤ ਬਹੁਤ ਅੱਛਾ ਤੁਹਾਡਾ ਜੇਬੀ ਜੀ ਜੇਬੀ ਜੀ ਕੁਝ ਕਰਨਾ ਵਿੱਚ ਮਾਸ਼ਾਅੱਲਾ ਬਹੁਤ ਲੰਬੇ ਸਮੇਂ ਤੋਂ ਕੋਸ਼ਿਸ਼ਾਂ ਕਰ ਰਹੇ ਨੇ ਆਪਣੇ ਸਾਰੇ ਬਜ਼ੁਰਗ ਵੀ ਅਤੇ ਬੰਦੇ ਆਪਣੇ ਕਿ ਪੰਜਾਬ ਪੰਜਾਬੀ ਨੂੰ ਦਾ ਬਣਦਾ ਸਥਾਨ ਜਿਹੜਾ ਆਪਣੇ ਇੱਥੇ ਮਿਲ ਗਿਆ ਲੇਕਿਨ ਮੈਨੂੰ ਜ਼ਾਤੀ ਤੌਰ 'ਤੇ ਵੀ ਸ਼ਾਇਦ ਤੁਸੀਂ ਗੁੱਸਾ ਵੀ ਕਰੋ ਕਿ ਨੌਜਵਾਨੀ ਪਿੱਛੇ ਹੈ ਜਿਹੜੀ ਇਹਨਾਂ ਨੌਜਵਾਨੀ ਨੂੰ ਸਪੇਸ ਦੇਣੀ ਚਾਹੀਦੀ ਆ ਨੌਜਵਾਨੀ ਅੱਗੇ ਆਉਣੀ ਚਾਹੀਦੀ ਕਿਉਂਕਿ ਕਦੀ ਕੋਈ ਵੀ ਯੁੱਗ ਪਲਟਿਆ ਤਾਂ ਜਵਾਨਾਂ ਨੇ ਪਲਟਿਆ ਭਾਈ ਨਾਸਰ ਕਹਿੰਦੇ ਕਿ ਆਪਾਂ ਔਨਲਾਈਨ ਕਲਾਸਾਂ ਕਰੀਏ ਜਾਂ ਕੁਛ ਕਰੀਏ ਅਤੇ ਮੈਂ ਕਹਿੰਦਾ ਕਿ ਆਪਾਂ ਪਹਿਲਾਂ ਨੌਜਵਾਨੀ ਨੂੰ ਅਟੈਚ ਕਰੀਏ ਉਹਨਾਂ ਨੂੰ ਲੈ ਕੇ ਆਈਏ ਕਿ ਜਿਵੇਂ ਹੁਣ ਲਾਹੌਰ 'ਚ ਬੈਠਾ ਬੰਦਾ ਉਹਨੂੰ ਇਹ ਨਹੀਂ ਪਤਾ ਕਿ ਪਟਵਾਰ ਖੇਤਰ ਪਟਵਾਰ ਜਿਹੜਾ ਸਾਡਾ ਪਟਵਾਰੀ ਲੈ ਜਾ ਉੱਥੇ ਕੀ ਹੋ ਰਿਹਾ ਅਤੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਇੱਧਰ ਲੈਲਪੁਰ ਦੇ ਵਿੱਚ ਕੀ ਹੋ ਰਿਹਾ ਜੱਟ ਕਿਲਾ ਜੀ ਕਿਉਂਕਿ ਦੇਖੋ ਨਾ ਲਹਿਰਜਿਆਂ ਨੂੰ ਜ਼ਬਾਨਾਂ ਬਣਾ ਕੇ ਧਰਤੀ ਨੂੰ ਵੰਡਿਆ ਜਾ ਰਿਹਾ ਸੋ ਇਸ ਕਰਕੇ ਮੈਂ ਇਹ ਕਹਾਂਗਾ ਕਿ ਤੁਸੀਂ ਐਡੀ ਵੱਡੀ ਕੋਸ਼ਿਸ਼ ਕਰ ਰਹੇ ਹੋ ਪ੍ਰਚਾਰ ਕਰ ਰਹੇ ਹੋ ਅਤੇ ਨਾਲ ਨਾਲ ਕੋਸ਼ਿਸ਼ ਕਰੋ ਕਿ ਨੌਜਵਾਨੀ ਨੂੰ ਵੀ ਸ਼ਹਿਰ ਦੇ ਵਿੱਚ ਜਿਵੇਂ ਸੋਇਆ ਸਾਹਿਬ ਨੂੰ ਸਾਰੇ ਲੋਕ ਜਾਣਦੇ ਆ ਨਾਸਰ ਨੂੰ ਬਹੁਤ ਲੋਕ ਜਾਣਦੇ ਆ ਜੇਬੀ ਜਰਾ ਨੂੰ ਬਹੁਤ ਲੋਕ ਜਾਣਦੇ ਆ ਉਧਰਲੇ ਪੰਜਾਬ ਚ ਜਾਣਦੇ ਨੇ ਇੱਧਰ ਵੀ ਬਹੁਤ ਲੋਕ ਜਾਣਦੇ ਨੇ ਵਕਾਰ ਭਿੰਡਰ ਹੈ ਬਹੁਤ ਲੋਕ ਜਾਣਦੇ ਨੇ ਉਹਨਾਂ ਨੂੰ ਸੋ ਸਾਰੇ ਮਿਲ ਕੇ ਅਸੀਂ ਕਿਸੇ ਵੀ ਇੱਕ ਤਹਿਸੀਲ ਦੇ ਵਿੱਚ ਜਿਹੜਾ ਕਿਸੇ ਜਗ੍ਹਾ 'ਤੇ ਕਿਸੇ ਗਰਾਊਂਡ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਇਕੱਠ ਕਰੀਏ ਕਿ ਜਿਹੜੀ ਨਵੀਂ ਨਸਲ ਹੈ ਉਹਨਾਂ ਨੂੰ ਅਵੇਅਰਨੈਸ ਕਰੀਏ ਕਿ ਆਪਣੀ ਜ਼ਬਾਨ ਨਾਲ ਜੁੜੋ ਸੋ ਸਾਨੂੰ ਇਹ ਕਰਨ ਦੀ ਲੋੜ ਹੈ ਕਾਲਜਾਂ 'ਚ ਜਾਂ ਸਕੂਲਾਂ 'ਚ ਜਿੱਥੇ ਵੀ ਅਸੀਂ ਬੈਠੇ ਹਾਂ ਸੋ ਸਾਨੂੰ ਸਾਰਿਆਂ ਨੂੰ ਮਿਲ ਕੇ ਜਾਣਾ ਚਾਹੀਦਾ ਕਿਉਂਕਿ ਸਾਡੀ ਔਡੀਅੰਸ ਬਹੁਤ ਹੈ ਇਹਨਾਂ ਦੀ ਇਹਨਾਂ ਨੂੰ ਸੁਣਦੇ ਆ ਲੋਕ ਸੋ ਜਦੋਂ ਇਹ ਗੱਲ ਕਰਨਗੇ ਇਹਨਾਂ ਦੀ ਗੱਲ ਜਿਹੜੀ ਨਵੀਂ ਯੂਥ ਹੈ ਉਹ ਮੰਨਣਗੇ ਚੜ੍ਹਦੇ ਪੰਜਾਬ ਦਾ ਵੀਰ ਤੇ ਮੈਨੂੰ ਕਾਲ ਆਈ ਜਿਸ ਤਰ੍ਹਾਂ ਭਾਜੀ ਨੇ ਕਿਹਾ ਕਿ ਆਪਾਂ ਇੱਕ ਦੂਜੇ ਦੇ ਧਰਮ ਨੂੰ ਜਾਣੀਏ ਮਜ਼ਹਬ ਨੂੰ ਜਾਣੀਏ ਫੇਰ ਹੀ ਸਾਂਝ ਵਧੇਗੀ ਉਹਨੇ ਮੈਨੂੰ ਕਿਹਾ ਕਿ ਈਦ ਦਾ ਵੱਡੀ ਦਿਨ ਦਾ ਰਾਣੀ ਵੀਰੇ ਬੱਕਰਾ ਵੱਢ ਲਿਆ ਤੁਸੀਂ ਉਹ ਹੁਣ ਉਹਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਕਿ ਜੋ ਕਿ ਦੂਰ ਸਾਡੇ ਇੱਕ ਦੂਜੇ ਤੋਂ ਅਤੇ ਅਸੀਂ ਮਤਲਬ ਵੱਢਣਾ ਜਾਂ ਕੀ ਕਰਨਾ ਜਿੱਦਾਂ ਸ਼ੇਖਪੁਰੇ ਦਾ ਆਪਣਾ ਇੱਕ ਮੁਸਲਿਮ ਭਰਾ ਉਹਨੇ ਕਿਹਾ ਕਿ ਉਹ ਹਿੰਦੂਆਂ ਦਾ ਫੈਸਟੀਵਲ ਲੰਘ ਗਿਆ ਜਿੱਥੇ ਭੂਤ ਸਾੜੀ ਦਾ ਦੁਸ਼ਹਿਰੇ ਨੂੰ ਕਹਿ ਰਿਹਾ ਸੋ ਗੱਲ ਨੌਜਵਾਨ ਪੀੜ੍ਹੀ ਜਿਹੜੀ ਹੈ ਨਾ ਉਹਨਾਂ ਨੂੰ ਇਹ ਚੀਜ਼ ਸੀਰੀਅਸ ਹੋ ਕੇ ਸੋਚਣੀ ਪੈ ਸੀ ਕਿ ਆਪਾਂ ਧਰਮ ਦੀ ਜਿਹੜੀ ਐਨਕ ਆ ਨਾ ਉਹਨੂੰ ਸਾਈਡ 'ਤੇ ਰੱਖ ਕੇ ਕਿਉਂਕਿ ਪੰਜਾਬ ਇੱਕ ਸੈਕੂਲਰ ਖਿੱਤਾ ਹੈ ਪੰਜਾਬ ਮੁਸਲਮਾਨ ਪੰਜਾਬੀ ਸਿੱਖ ਪੰਜਾਬੀ ਹਿੰਦੂ ਪੰਜਾਬੀ ਕ੍ਰਿਸਚਨ ਪੰਜਾਬੀ ਸਾਡੇ ਵਾਸਤੇ ਸਾਰੇ ਮਾਣਯੋਗ ਨੇ ਕਾਬਲੇ ਇਤਰਾਮ ਨੇ ਠੀਕ ਹੈ ਅਤੇ ਆਹ ਜਿਹੜੀਆਂ ਹਸਤੀਆਂ ਬੈਠੀਆਂ ਖਾਸ ਤੌਰ 'ਤੇ ਸਾਡੇ ਅੱਜ ਜਿਹਨੇ ਵੀਰ ਨੇ ਖਾਲ ਢਿੱਡੂ ਸਾਹਿਬ ਇਹਨਾਂ ਦੋਹਾਂ ਪੰਜਾਬਾਂ ਨੂੰ ਬਲਕਿ ਤਿੰਨਾਂ ਪੰਜਾਬਾਂ ਨੂੰ ਕਨੇਡੇ ਅਮਰੀਕੇ ਵਾਲੇ ਪੰਜਾਬ ਵੀ ਸਾਡੇ ਓਵਰ ਸੀ ਵੀ ਬੈਠੇ ਨੇ ਜੋੜਿਆ ਹੈ ਸੋ ਜਿਹੜੇ ਪਿੱਛੇ ਨੌਜਵਾਨ ਬੈਠੇ ਨੇ ਸਾਡੇ ਵੀਰ ਭਰਾ ਟੀਨੇਜਰ ਸੋ ਇਹਨਾਂ ਨੂੰ ਚਾਹੀਦਾ ਵਾ ਕਿ ਕਿਉਂਕਿ ਜਿਸ ਤਰ੍ਹਾਂ ਨੌਜਵਾਨੀ ਦੀ ਆਪਾਂ ਗੱਲ ਕੀਤੀ ਆ ਸੋਰੀ ਟਾਈਮ ਲੰਬਾ ਛੋਟੀ ਜਿਹੀ ਗੱਲ ਕਰਾਂਗਾ ਕਿ ਨੌਜਵਾਨ ਵੀਰੋ ਸਾਰਿਆਂ ਆਪਾਂ ਧਰਮ ਦੀ ਅਣਖ ਲਾ ਕੇ ਅਤੇ ਪੰਜਾਬ ਪੰਜਾਬੀ ਚੜ੍ਹਾ ਕੇ ਅਤੇ ਫਿਰ ਹੀ ਆਪਾਂ ਪੰਜਾਬ ਨੂੰ ਮਾਂ ਬੋਲੀ ਲਾਗੂ ਕਰ ਸਕਦੇ ਅਤੇ ਆਪਾਂ ਇੱਕੋ ਹਮੇਸ਼ਾ ਨਾਰਾ ਮਾਰਦੇ ਹਾਂ ਕਿ ਵਸਦਾ ਰਹੇ ਪੰਜਾਬ ਲਹਿੰਦਾ ਅਤੇ ਚੜ੍ਹਦਾ ਪੰਜਾਬ ਵਾਹ ਜੀ ਵਾਹ ਸ਼ਾਹਪੁਰੀ ਸਾਹਿਬ ਬਹੁਤ ਅੱਛੀਆਂ ਗੱਲਾਂ ਹੋ ਰਹੀਆਂ ਨੇ ਪਹਿਲੇ ਤਾਂ ਮੇਰੇ ਲਈ ਬੜੇ ਮਾਣ ਦੀ ਗੱਲ ਹੈ ਕਿ ਅੰਜਮ ਗਿੱਲ ਸਾਹਿਬ ਦੇ ਨਾਲ ਜਿਹੜੇ ਬਾਕੀ ਤਿੰਨ ਲੋਕ ਬੈਠੇ ਨੇ ਨਾ ਜੀ ਉਹਨਾਂ ਦਾ ਅਤੇ ਮੇਰਾ ਜ਼ਿਲ੍ਹਾ ਇੱਕ ਅਤੇ ਮੈਨੂੰ ਇਸ ਗੱਲ 'ਤੇ ਬੜਾ ਮਾਣ ਹੈ ਅਤੇ ਸਰੋਇਆ ਸਾਹਿਬ ਤਾਂ ਮੇਰੇ ਤੋਂ 15 ਕਿਲੋਮੀਟਰ ਅੱਗੇ ਨੇ ਮੈਂ ਸਮੁੰਦਰੀ ਦਾ ਏ ਉੱਧਰ ਦੇ ਨੇ ਅਤੇ ਮੇਰੀ ਸਾਰੀ ਉਮਰ ਹੀ ਲੰਘ ਗਈ ਜਿਹਨਾਂ ਦੇ ਰਹਿਮੇ ਸ਼ਾਹ ਦੇ ਰਾਣਾ ਅਬਦੁੱਲਾ ਤੂਨ ਸਾਹਿਬ ਫੌਤ ਹੋ ਗਿਆ ਉਹਨਾਂ ਨੂੰ ਜਨਮ ਨਸੀਬ ਕਰੇ ਰਾਵਲ ਫਾਨ ਸਾਹਿਬ ਭੱਠੇ ਵਾਲੇ ਅਤੇ ਬਸ ਇਹ ਇੱਕ ਸਿਰਫ ਤਾਰਫ ਦੀ ਗੱਲ ਕਰਦਾ ਮੈਂ ਕੱਲ੍ਹ ਵੀ ਸੈਸ਼ਨ 'ਚ ਇੱਕ ਗੱਲ ਕੀਤੀ ਸੀ ਕਿ ਮੈਂ ਥੋੜ੍ਹਾ ਜਿਹਾ ਚਿੜ ਗਿਆ ਹੈ ਇੱਕ ਗੱਲ ਤੋਂ ਇੱਕ ਡਾਇਲਾਮਾ ਜਾਂ ਬਦਕਿਸਮਤੀ ਸਾਡੀ ਇਹ ਆ ਕਿ ਜਦੋਂ ਅਸੀਂ ਪੈਦਾ ਹੁੰਦੇ ਹਾਂ ਨਾ ਅਤੇ ਸਾਡੇ ਘਰ 'ਚ ਪੰਜਾਬੀ ਬੋਲੀ ਜਾਂਦੀ ਹੈ ਜਦੋਂ ਸਕੂਲ ਜਾਂਦੇ ਹਾਂ ਅਤੇ ਲਿੱਤਰ ਪਰੇਡ ਹੁੰਦੀ ਹੈ ਸਾਨੂੰ ਪੰਜਾਬੀ ਤੋਂ ਕਨਵਰਟ ਕਰ ਦਿੱਤਾ ਜਾਂਦਾ ਉਰਦੂ 'ਚ ਮਾਸਟਰ ਬਹੁਤ ਮਾਰਦਾ ਹਿਸਾਬ ਅਸੀਂ ਅਰਬੀ 'ਚ ਦੇਣਾ ਜਾ ਕੇ ਅਤੇ ਸਾਡੀ ਬੱਚਤ ਕਿੱਥੇ ਮੈਂ ਨਾ ਬਹੁਤ ਚਿੜ ਗਿਆ ਇਸ ਗੱਲ ਤੋਂ ਕਿ ਅਸੀਂ ਇੱਕ ਤਾਂ ਜਿਹੜੇ ਸਾਡੇ ਗੁਜ਼ਰ ਗਏ ਉਹਨਾਂ ਨੇ ਸਾਡੇ ਵਾਸਤੇ ਕੋਈ ਰਾਹ ਮੁਤੱਈਨ ਨਹੀਂ ਕੀਤੀ ਸਭ ਤੋਂ ਵੱਡਾ ਕਸੂਰ
या जुर्म साडे तो यह होया कि पंजाब की वंड हुई जदों ये चीज़ा सैटल होनी चाहिए सी उदों आते ही पहला हुक्म यह जारी होया सी पाकिस्तान बने पहला दिन या दूसरा दिन से कि स्टेट ने डिसाइड कर लिया कि पंजाबी मक्कू ठप दौ तुम उर्दू तो उदों भी नहीं सी इंग्लिश में अगे लाए उस तो बाद जी गलतियां हुई ने अजे तक असी कोई रस्म उलखत नहीं वाजे कर चुके सिंध दे विच कोई प्रॉब्लम नहीं उत्थे तो लोगों की वंड नहीं सी हुई उत्थे तो खिते की वंड हुई सी तो इस करके ये जड़ा ना ये चीज़ा दे के उपराला करना पैना और थोड़ा जहा सख्ती दे नाल करना पैना जी जी सोहनी गलबात सर सवाल जवाब दा सैशन है ते प्लीज मुख्तसर मेरा सवाल ये है कि थोड़ा जहा सानू इन्हां ने बड़ी अच्छी सजेशन दी तजवीज़ दी कि थोड़ा जहा सानू सख्ती दे नाल पहले अपने घर तो पहले अपने कहते हैं घर तो यह चीज़ लागू करनी चाहिए है मैं बड़ा खिजदा मेरे तो घर नहीं कोई पंजाबी तो अलावा बोलता मैं तो एग्जाम्पल सैट करती तो हम बाकी सारे भी करनी चाहिए खास तौर पर जीडिया बीबिया ने।